टू थाउजेंड रेजिडेंट ऑफ नुशहरा पनुआ है विलेज हैड ओनली वन फैमिली हूज मैम्बर लिवड इन होंगकोंग एंड प्रेजेंटली देर इज हार्डली एनी फैमिली विच हैजन और मोर मैम्बर उन्होंने कहा भी जे थोड़े बहुत रह गए ने ਇਨਾਂ ਦੀ ਜਾਂ ਤਾਂ ਡਿਨਾਈ ਹੋਇਆ ਵੀਜ਼ਾ ਜਿਨ੍ਹਾਂ ਨੂੰ ਤੇ ਜਾਂ ਜਿਨ੍ਹਾਂ ਦੀ ਐਪਲੀਕੇਸ਼ਨ ਅੰਡਰ ਪ੍ਰੋਸੈਸ ਹੈ ਉਹਨਾਂ ਨੇ ਕਿਹਾ ਜੀ 14000 ਰੈਜ਼ੀਡੈਂਟ ਨੇ ਸਾਡੇ ਪਿੰਡ ਦੇ ਔਰ 2000 ਮਾਈਗ੍ਰੈਂਟ ਹੋ ਚੁੱਕੇ ਨੇ ਤੂੰ ਬਗਾਨੇ ਦੇਸ਼ ਵਾਲੇ ਤਾਂ ਪੰਛੀ ਉੱਡ ਕੇ ਜਿਸ ਚ ਆ ਰਹੇ ਨੇ ਤੇ ਉੱਥੇ ਲੱਖ ਆ ਰਿਹਾ ਇਥੋਂ 5 ਲੱਖ ਉੱਡ ਰਹੇ ਨੇ ਉਸ ਧਰਤੀ ਦੇ ਨੌਜਵਾਨ ਔਰ ਇਹ ਗੁਲਾਮੀ ਹੈ ਜਦੋਂ ਤੁਹਾਡੇ ਕੋਲ ਰਾਜ ਭਾਗ ਸੀ ਤੇ ਉਦੋਂ ਬਗਾਨੇ ਆ ਕੇ ਤੁਹਾਡੇ ਕੋਲ ਨੌکریاں ਕਰਦੇ ਸੀ ਤੇ ਅੱਜ ਹਾਲਾਤ ਇਹ ਨੇ ਕਿ ਭਾਈ ਇਸ ਕਿਸਮ ਦਾ ਡਰ ਇੱਕ ਪਾਸੇ ਉਹਨਾਂ ਨੇ ਇੱਕ ਜਨਰੇਸ਼ਨ ਮਾਰ ਮੁਕਾਈ ਇੱਕ ਡਰ ਦੇ حوالے ਕੀਤੀ ਤੇ ਨੈਕਸਟ ਦੇ ਵਿੱਚ ਇੰਨਾ ਖੌਫ ਪੈਦਾ ਕੀਤਾ ਇਕਨੋਮਿਕਲ ਅਨਸਟੇਬਿਲਟੀ ਹੈ ਔਰ ਇਸ ਕਿਸਮ ਦਾ ਕਿ ਉਹ ਚਾਹੁੰਦੇ ਹੀ ਨੇ ਕਿ ਤੁਸੀਂ ਪ੍ਰਵਾਸੀ ਬਣੋ ਦਾਸ ਕੋਰੇਟਵਾ ਤੁਹਾਡਾ ਸਭ ਦਾ ਪਰਪੂਰ ਸਵਾਗਤ ਹੈ ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਪੰਜਾਬ ਦੇ ਹਰੀ ਕੇ ਵੈਟਲੈਂਡ ਜਿੱਥੇ ਸਤਲੁਜ ਅਤੇ ਬਿਆਸ ਦਰਿਆ ਆਪਸ ਵਿੱਚ ਮਿਲਦੇ ਹਨ 1 ਲੱਖ ਦੇ ਕਰੀਬ ਮਾਈਗਰੇਟਰੀ ਬਰਡ ਪਹੁੰਚ ਚੁਕੇ ਹਨ ਜੜੇ ਕਿ ਰੂਸ ਮੰਗੋਲੀਆ ਸਾਈਬੀਰੀਆ ਆਦੂ ਦੂਦ ਰੇਡੇ ਦੇ ਮੁਲਕਾਂ ਤੋਂ ਠੰਡ ਤੋਂ ਬਚਣ ਲਈ ਅਤੇ ਖੁਰਾਕ ਦੀ ਭਾਲ ਵਿੱਚ ਹਰ ਸਾਲ ਆਉਂਦੇ ਹਨ ਅਫਸੋਸ ਜੜੇ ਪੰਜਾਬ ਦੀ ਧਰਤੀ ਲੱਖਾਂ ਮਾਈਗਰੇਟਰੀ ਬਰਡਾਂ ਲਈ ਜਿਹੜੀ ਖੁਰਾਕ ਦਿੰਦੀ ਹੈ ਉਸ ਪੰਜਾਬ ਦੀ ਧਰਤੀ ਤੋਂ ਹਰ ਸਾਲ ਲਗਭਗ 5 ਲੱਖ ਨੌਜਵਾਨ ਪ੍ਰਵਾਸ ਕਰਕੇ ਯੂਰਪ ਸਮੇਤ ਅੱਡ-ਅੱਡ ਮਹਾਦੀਪਾਂ ਵਿੱਚ ਖੱਜਲ ਖਵਾਰ ਹੋ ਰਹੇ ਨੇ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬੜੇ ਰਹਿਣਾ ਦੇ ਕਨਸਲ ਲਈ ਆਨ ਲਿਖਣ ਲਈ ਤੁਹਾਡਾ ਸਭ ਤੋਂ ਵੱਧ ਧੰਨਵਾਦ ਜੀ ਦਾ ਸਭ ਕੀ ਕਹਿਣਾ ਚਾਹੋਗੇ ਦੇਖੋ ਪੰਜਾਬ ਦੀ ਹਕੂਮਤ ਅਜਵਾੜੀ ਹੋਏ ਜਾਂ 1960 ਤੋਂ ਬਾਅਦ ਪੰਜਾਬ 'ਚ ਅੱਧੀ ਸਦੀ 'ਚ ਪੰਜ ਵਾਰ ਬਾਦਲਾਂ ਦੀ ਹਕੂਮਤ ਹੋਰ ਬਾਕੀਆਂ ਦੀਆਂ ਰਹੀਆਂ ਕਿਸੇ ਨੇ ਵੀ ਪੰਜਾਬ ਵਿੱਚ ਲੀਆਂ ਜਿਹੜੀਆਂ ਖਾਸ ਇੰਟਰਨੈਸ਼ਨਲ ਅਟਰੈਕਸ਼ਨ ਦੀਆਂ ਚੀਜ਼ਾਂ ਬਣ ਸਕਦੀਆਂ ਨੇ ਉਹਨਾਂ ਨੂੰ ਪ੍ਰਮੋਟ ਤਾਂ ਕੀ ਕਦੇ ਖਬਰ ਤੱਕ ਵੀ ਬਾਹਰ ਨਹੀਂ ਨਿਕਲਦੀ ਹੈ ਇਹ ਵੀ ਕਿਉਂਕਿ ਹਰਮੰਦਰ ਸਾਹਿਬ ਅਤੇ ਇਤਿਹਾਸਕ ਗੁਰਦੁਆਰਾ ਸਹਿਬਾਨ ਸਿੱਖਾਂ ਦੀ ਇਹ ਆਸਥਾ ਜੁੜੀ ਹੋਈ ਹੈ ਔਰ ਉਸ ਇਤਿਹਾਸ ਨੂੰ ਸਾਂਭਣ ਦੇ ਲਈ ਵੀ ਯਤਨ ਹੁੰਦਾ ਹੈ ਵੱਡੇ ਵੱਡੇ ਸੋਨੇ ਗੁਰਦੁਆਰਾ ਸਾਹਿਬ ਨੇ ਔਰ ਇਸ ਲਈ ਇਹਨਾਂ ਨੂੰ ਭਾਰਤੀ ਹਕੂਮਤ ਦੇ ਵੀ ਮਜਬੂਰੀ ਬਣੀ ਕਿ ਜੀ ਤੁਸੀਂ ਪਟਨਾ ਸਾਹਿਬ ਹਜ਼ੂਰ ਸਾਹਿਬ ਨਾਲ ਜੁੜਦੀ ਟ੍ਰੇਨ ਰੱਖੋ ਸੱਚਖੰਡ ਐਕਸਪ੍ਰੈਸ ਚਲਾ ਦਤੀ ਜਾਂ ਕਿਉਂਕਿ ਸਿੱਖ ਆਪਣੇ ਦਿਨ ਗੁਰਪੁਰਬ ਬੜੀ ਸ਼ਾਨੋ ਸ਼ੌਕਤ ਨਾਲ ਮਨਾਉਂਦੇ ਨੇ ਸੋ ਉਹਨਾਂ ਨੂੰ ਵੀ ਲੱਗਾ ਇਹਦੇ ਚੋਂ ਰੈਵਨਿਊ ਕ੍ਰੀਏਟ ਕਰੋ ਈਵਨ ਜੇ ਤੁਸੀਂ ਪੰਜਾਬ ਦੇ ਲੈਂਡਸਕੇਪ ਤੋਂ ਵਾਕਿਫ ਵੀ ਹੋਵੋ ਤਾਂ ਜਦੋਂ ਅਸੀਂ ਪੰਜਾਬ ਬਾਰੇ ਸੋਚਦੇ ਹਾਂ ਤਾਂ ਲੱਗਦਾ ਵੀ ਉੱਥੇ ਕੋਈ ਗ੍ਰੀਨਰੀ ਨਾਲ ਦਿੱਤਾ ਚੀਜ਼ ਹੀ ਨਹੀਂ ਹੈ ਸਾਰਾ ਕੁਝ ਐਗਰੀਕਲਚਰ ਜਾਂ ਕਣਕ ਦੇ ਖੇਤ ਜਾਂ ਉਹੀ ਭੰਗੜੇ ਔਰ ਦੂਜੇ ਗਿੱਦੇ ਦੇ ਨਾਲ ਥੱਲੇ ਵਹੀ ਹੈ ਜਿਵੇਂ ਹੋਰ ਉੱਥੇ ਕੁਝ ਨਹੀਂ ਹੈ ਕੋਈ ਮਾਊਂਟੇਨ ਨਹੀਂ ਹੈ ਕੋਈ ਦੂਜਾ ਨਹੀਂ ਲੇਕਨ ਜਦੋਂ ਅਸੀਂ ਵੈਟਲੈਂਡ ਦੀ ਗੱਲ ਕਰਦੇ ਹਾਂ ਯਾਹਰ ਹੈ ਦੁਨੀਆ ਦੇ ਵਿੱਚ ਜਿਹੜੀ ਦਿਲਚਸਪੀ ਹੈ ਜਦੋਂ ਬਰਡ ਵਾਚਰਸ ਦੀ ਤੁਸੀਂ ਗੱਲ ਕਰਦੇ ਹੋ ਇਹ ਕਪੜੇ ਆਪ ਤੇ ਵਿੱਚ ਇੱਕ ਪੂਰਾ ਫਾਇਲੈਂਥਰੋਪਿਸ ਦੇ ਗਰੁੱਪ ਨੇ ਦੁਨੀਆ ਭਰ ਚ ਜਿਹੜੇ ਪੰਛੀਆਂ ਨੂੰ ਦੇਖਦੇ ਨੇ ਫਿਰ ਖਾਸ ਤੌਰ ਤੇ ਜਿਹੜੇ ਮਾਈਗਰੇਟਰੀ ਬਰਡਸ ਨੇ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਔਰ ਮੈਂ ਅੱਜ ਉਸ ਨਿਊਜ਼ ਨੂੰ ਥੋੜਾ ਇਨ ਡੀਟੇਲ ਡਿਸਕਸ ਕਰ ਰਹੇ ਅੱਛਾ ਕਿ ਭਾਈ ਜਦੋਂ ਅਸੀਂ ਰਹਿਰਾਜ ਸਾਹਿਬ ਇਹ ਪੜਦੇ ਆ ਕਿ ਭਾਈ ਕਾਹੇ ਰ ਮਨ ਚਤ ਵ ਉਦਮ ਜਾਂ ਆਹਰ ਹਰ ਜੀਵ ਉਪਰਿਆ ਸੈਲ ਪੱਥਰ ਮੈਂ ਜਨ ਤੋ ਪਾਏ ਤਾਂ ਕਾ ਰਿਜਕ ਆਗੈ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸਟ ਭਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਇ ਨਾ ਕਿਸ ਕੀ ਤਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਪਾਉ ਕਰਿਆ ਵੀ ਹਰ ਸਿਰ ਦੇ ਉੱਤੇ ਰਿਜਕ ਰੱਖ ਕੇ ਫਿਰ ਦੁਨੀਆ 'ਚ ਭੇਜਿਆ ਉਡੈ ਊੜ ਆਵੇ ਸਹਿ ਕੋਸਾਂ ਤਿਸ ਪਾਛੈ ਬਚਰੇ ਸਰੇ ਸੈਂਕੜਿਆਂ ਕੋ ਜਿਹੜਾ ਮੀਲ ਤੋਂ ਵੀ ਲੰਬਾ ਹੁੰਦਾ ਸੀ ਕੋ ਵੀ ਉਹ ਉੱਡ ਕੇ ਆਉਂਦੇ ਨੇ ਤੈਨ ਕਵਨ ਖਲਾਵੇ ਕਵਨ ਚੁਗਾਵੇ ਮਨ ਮੈਂ ਸਕੇ ਪ੍ਰਵਾਸੀ ਪੰਛੀ ਔਰ ਜਿਹੜੇ ਬਰਡ ਵਾਚਰ ਨੇ ਔਰ ਮੈਨੂੰ ਨਹੀਂ ਸੀ ਮੈਨੂੰ ਵੀ ਨਹੀਂ ਸੀ ਪਤਾ ਕਿ ਈਵਨ ਜਿਹੜੀਆਂ ਵੈਟਲੈਂਡਸ ਨੇ ਦੁਨੀਆ ਦੀਆਂ ਉਹਨਾਂ ਚ ਜਦੋਂ ਬਰਡ ਜਾਂਦੇ ਨੇ ਉਹਨਾਂ ਦੀ ਸੈਂਸਸ ਹੁੰਦੀ ਗਿਣਤੀ ਹੁੰਦੀ ਹੈ ਵੀ ਕਿੰਨੇ ਬਰਡ ਆਏ ਸਾਲ ਚ ਕਿੰਨੇ ਆਏ ਈਵਨ ਕੁਝ ਜਿਹੜੇ ਰਿਸਰਚਰ ਜਾਂ ਦੂਜੇ ਨੇ ਉਹਨਾਂ ਦੇ ਉੱਤੇ ਕੋਈ ਮਾਰਕ ਵੀ ਲਾ ਦਿੰਦੇ ਨੇ ਜਿਨਾਂ ਰਾਈ ਉਹ ਦੁਬਾਰਾ ਕਦੋਂ ਆਇਆ ਜਦੋਂ ਅਗਲੀ ਵਾਰ ਆਂਦੇ ਨੇ ਉਹਨਾਂ ਨੂੰ ਫੇਰ ਕਾਊਂਟ ਵੀ ਕਰਦੇ ਨੇ ਤੇ ਕੁਝ ਫੀਨੋਮੀਨਾ ਉਹਨਾਂ ਦੇ ਉੱਤੇ ਸਟੱਡੀ ਵੀ ਕਰਦੇ ਨੇ ਹੁਣ ਜਦੋਂ ਅਸੀਂ ਇਹ ਵੈਟਲੈਂਡਸ ਦੀ ਗੱਲ ਕਰਦੇ ਆ ਵੈਟਲੈਂਡਸ ਆਰ ਹੈ ਕਿ ਵੀ ਇਹ ਉਹ ਪੰਛੀ ਜਿਹੜੇ ਪ੍ਰਵਾਸ ਕਰਦੇ ਨੇ ਜਿਹੜੇ ਖਾਸ ਤੌਰ ਤੇ ਜਦੋਂ ਅਸੀਂ ਪੰਜਾਬ ਦੀਆਂ ਵੈਟਲੈਂਡਸ ਦੀ ਗੱਲ ਕਰਦੇ ਆ ਮੈਨੂੰ ਨਹੀਂ ਸੀ ਅੰਦਾਜ਼ਾ ਕਿ ਪੰਜਾਬ ਚ ਇਸ ਲੈਵਲ ਦੀਆਂ ਵੈਟਲੈਂਡਸ ਨੇ ਜਿੱਥੇ ਇੰਨੀ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀ ਪੰਛੀ ਆਉਂਦੇ ਨੇ ਔਰ ਜਿਨ੍ਹਾਂ ਮੁਲਕਾਂ ਤੋਂ ਮੁੱਖ ਤੌਰ ਦੇ ਉੱਤੇ ਪ੍ਰਵਾਸੀ ਪੰਛੀ ਨੇ ਸਾਈਬੇਰੀਆ ਜਿਹੜਾ ਜ਼ਾਹਰ ਹੈ ਫਾਰਮਰਸ ਯੂਨੀਅਨ ਦਾ ਇਸ ਕਿਉਂਕਿ ਇਹ ਸਰਦੀਆਂ ਨੇ ਜੰਮ ਜਾਂਦਾ ਸਭ ਕੁਝ ਕੁਝ ਵੀ ਨਹੀਂ ਹੁੰਦਾ ਕੋਈ ਵਾਰਮ ਵਾਟਰ ਤਾਂ ਦੂਰ ਦੀ ਗੱਲ ਕੋਈ ਪੋਰਟ ਵੀ ਉਹਨਾਂ ਦੀ ਵੈਟ ਨਹੀਂ ਹੁੰਦੀ ਮੰਗੋਲੀਆ ਉਜ਼ਬੇਕਿਸਤਾਨ ਰਸ਼ੀਆ ਇਹਨਾਂ ਸਾਰਿਆਂ ਤੋਂ ਔਰ ਸਭ ਤੋਂ ਵੱਡੀ ਜਿਹੜੀ ਵੈਟ ਲੈਂਡ ਹੈ ਪੰਜਾਬ ਦੇ ਵਿੱਚ ਵਰਲਡ ਰੈਕਗਨਾਈਜ਼ਡ ਉਹ ਹੈ ਜਿੱਥੇ ਸਤਲੁਜ ਔਰ ਬਿਆਸ ਦੋ ਦਰਿਆ ਆਪਸ ਵਿੱਚ ਮਿਲਦੇ ਨੇ ਉਹਨੂੰ ਹਰੀਕੇ ਕਹਿੰਦੇ ਨੇ ਔਰ ਕਿਸ ਲੈਵਲ ਦੇ ਉੱਤੇ ਕਿੰਨੀ ਵੱਡੀ ਹੈ ਵੈਟ ਲੈਂਡ ਹੈ ਇਹ 86 ਸਕਰ ਕਿਲੋਮੀਟਰ ਦੇ ਵਿੱਚ ਹੈ 86 ਸਕਰ ਕਿਲੋਮੀਟਰ ਜਿਹਦੇ ਚ ਤਰਨਤਾਰਨ ਜ਼ਿਲ੍ਹਾ ਫਿਰੋਜ਼ਪੁਰ ਤੇ ਕਪੂਰਥਲਾ ਸੋ 86 ਸਕਰ ਕਿਲੋਮੀਟਰ ਚ ਪਾਣੀ ਪਾਣੀ ਹੈ ਜਿੱਥੇ ਦੋਨੋਂ ਦਰਿਆ ਮਿਲਦੇ ਨੇ ਔਰ ਇਹ ਉਹ ਵੈਟਲੈਂਡ ਹੈ ਜਿਹਦੇ ਚ ਸਲਾਨਾ 1 ਲੱਖ ਤੋਂ ਜ਼ਿਆਦਾ ਪੰਛੀ ਜਿਹੜੇ ਨੇ ਉਹ ਆਂਦੇ ਨੇ ਔਰ ਉਹਨਾਂ ਦੇ ਵਿੱਚ ਜਿਹੜੇ ਹੁਣ ਉਹਨਾਂ ਨੇ ਪਿਛਲੇ ਸਾਲਾਂ ਦੀਆਂ ਫਿਗਰਜ਼ ਵੀ ਦਿੱਤੀਆਂ ਨੇ ਕਿ ਭਾਈ ਆਲਰੇਡੀ 2023 ਦੇ ਵਿੱਚ 65000 ਤੋਂ ਜ਼ਿਆਦਾ ਮਾਈਗਰੇਟਰੀ ਬਰਡ ਆਏ ਸੈਂਸਸ ਜਦੋਂ ਕੋਵਿਡ ਸੀ ਉਦੋਂ ਸੈਂਸਸ ਨਹੀਂ ਕਰ ਸਕੇ ਫਿਰ ਜਿਹੜਾ ਇਸ ਤੋਂ ਪਹਿਲਾਂ 2021 ਦੇ ਵਿੱਚ 74869 ਮਾਈਗਰੇਟਰੀ ਬਰਡ ਜਿਨ੍ਹਾਂ ਦੇ 88 ਡਿਫਰੈਂਟ ਸਪੀਸੀਜ਼ ਨੇ ਅਗੜ ਨਸਲਾਂ ਦੇ ਆਏ ਫਿਰ ਜਿਹੜੇ ਨੇ 91000 ਜਿਹੜੇ ਨੇ ਉਹ 2020 ਚ ਆਏ ਹਰੀਕੇ ਵੈਟਲੈਂਡ ਚ ਔਰ ਇਸੇ ਤਰ੍ਹਾਂ 94771 ਬਰਡ 94 ਸਪੀਸੀਜ਼ ਦੇ 2018 ਔਰ ਇਨਾ ਹੀ ਨੰਬਰ 2019 ਹੁਣ ਇਹ ਹਰੀਕੇ ਵੈਟਲੈਂਡ ਜਿਹੜੀ ਆਲਮੋਸਟ ਇੰਨੀ ਲੰਬੀ ਚੌੜੀ ਹੈ 86 ਸਕਰ ਕਿਲੋਮੀਟਰ ਚ ਹੈ ਇਸ ਤੋਂ ਇਲਾਵਾ ਪੰਜ ਹੋਰ ਵੱਡੀਆਂ ਪੰਜਾਬ ਦੇ ਵਿੱਚ ਵੈਟਲੈਂਡਸ ਨੇ ਇੱਕ ਕੇਸ਼ਪੁਰ ਮਿਆਣੀ ਹੈ ਨੰਗਲ ਰੋਪੜ ਹੈ ਕਾਂਝਲੀ ਹੈ ਬਿਆਸ ਰਿਵਰ ਦੇ ਉੱਤੇ ਹੈ ਔਰ ਰਣਜੀਤ ਸਾਗਰ ਡੈਮ ਜਿਹੜਾ ਕਿ ਦੁਨੀਆ ਦਾ ਇੱਕ ਵੱਡੇ ਕਨਜ਼ਰਵੇਸ਼ਨ ਰਿਜ਼ਰਵ ਵਿੱਚੋਂ ਹੈ ਹੁਣ ਇਹ ਖਬਰ ਦੀ ਹੈਡਲਾਈਨ ਹੀ ਆਪਣੇ ਆਪ ਚ ਦਿਲਚਸਪੀ ਸੀ ਇਹ ਪੜਨਾ ਵੀ ਚੰਗਾ ਲੱਗਾ ਗੁਰਬਾਣੀ ਦੀ ਇਹ ਤੁਕ ਵੀ ਸਮਝ ਆਂਦੀ ਹੈ ਕਿ ਉੜਾ ਉੜ ਆਵੇ ਸੈ ਕੋਸਾ ਤਾਂ ਸਪਾਛ ਬੱਚਲੇ ਛੜਿਆ ਚਰਿਆ ਤੈਨ ਕਵਣ ਖਲਾਵੇ ਕਵਣ ਚੁਗਾਵੇ ਹੁਣ ਇਹ ਆਮ ਤੌਰ ਤੇ ਜਿਹੜੇ ਮਾਈਗਰੇਟਰੀ ਬਰਡਸ ਨੇ ਸਤੰਬਰ ਮਹੀਨੇ ਚ ਆ ਜਾਂਦੇ ਨੇ ਹਮਮ ਔਰ ਇਸ ਵਾਰ ਕਿਉਂਕਿ ਹੁਣ ਕਲਾਈਮੇਟ ਚੇਂਜ ਹੋਈ ਹੈ ਗਰਮੀ ਬਹੁਤ ਜ਼ਿਆਦਾ ਹੋਈ ਹੈ ਤੱਕੀ ਨਵੰਬਰ ਚ ਆਏ ਨੇ ਔਰ ਇਹ ਮਾਰਚ ਅਪ੍ਰੈਲ ਤੱਕ ਰਹਿੰਦੇ ਨੇ ਹੁਣ ਇਹ 3-4 ਮਹੀਨੇ ਜੇ ਤੁਸੀਂ ਪੰਜਾਬ ਵਿੱਚ ਲਈ ਆਪਣੇ ਬੱਚਿਆਂ ਨੂੰ ਜਾਂ ਬਾਹਰ ਵੀ ਕਿ ਭਾਈ ਇੰਨੀਆਂ ਵੱਡੀਆਂ ਵੈਟਲੈਂਡ ਸਾਡੇ ਕੋਲ ਪੰਜਾਬ ਦੀ ਧਰਤੀ ਤੇ ਨੇ ਔਰ ਜਿਹਦੇ ਚ ਤੁਸੀਂ ਇਹ ਕੈਜੇ ਟੂਰਿਜ਼ਮ ਤੁਸੀਂ ਇਹਨੂੰ ਤੁਸੀਂ ਡਿਵੈਲਪ ਕਰਦੇ ਹੋ ਨੇਚਰ ਨਾਲ ਪਿਆਰ ਪੰਛੀਆਂ ਨਾਲ ਪਿਆਰ ਇੱਕ ਹੋਰ ਦੁਨੀਆ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਆਂਦੀ ਹੈ ਲੇਕਿਨ ਜਦੋਂ ਮੈਂ ਇਹ ਖਬਰ ਪੜ ਰਿਹਾ ਸੀ ਤਾਂ ਨਾਲ ਇੱਕ ਦੂਸਰੀ ਖਬਰ ਤੇ ਮੇਰੀ ਨਜ਼ਰ ਗਈ ਲੀਅਰ ਆਫ ਫੋਰਨ ਸ਼ੋਰਸ ਸਕੋਰਸ ਆਫ ਪੰਜਾਬ ਵਿਲੇजेस ਲੂਜ਼ਿੰਗ ਯੂਥ ਹਮ 2000 ਰੈਜ਼ੀਡੈਂਟਸ ਆਫ ਨੁਸ਼ਹਰਾ ਪਨਵਾ ਹੈਵ ਮਾਈਗ੍ਰੇਟਡ ਇਨ 10 ইয়ারਸ ਇਹ ਮਨਮੀਰ ਸਿੰਘ ਗਿੱਲ ਕੋਈ ਨੌਜਵਾਨ ਜਰਨਲਿਸਟ ਹੋਏਗਾ ਉਹਨੇ 10 ਜਨਵਰੀ ਦੀ ਡੈਡਲਾਈਨ ਦੀ ਸਟੋਰੀ ਹੈ ਕਿ ਭੀ ਪੰਜਾਬ ਦੀ ਜਵਾਨੀ ਕਿਵੇਂ ਜਾ ਰਹੇ ਉਹਨੇ ਕਿਹਾ ਨਸ਼ਹਿਰਾ ਪਨੂਆ ਪਿੰਡ ਜਿਹੜਾ ਤਰਨਤਾਰਨ ਦੇ ਨੇੜੇ ਹੈ ਉਹਨੇ ਕਿਹਾ 19 ਤੋਂ 35 ਸਾਲ ਦੀ ਉਮਰ ਦੇ ਆਲਮੋਸਟ 2000 ਨੌਜਵਾਨ ਇੱਕੋ ਹੀ ਪਿੰਡ ਦੇ ਦੇਖੋ ਪਿਛਲੇ 10 ਸਾਲ ਚ ਚਲੇ ਗਏ ਨੇ ਇੱਥੋਂ ਔਰ ਉਹਨਾਂ ਨੇ ਕਿਹਾ ਵੀ ਜਿਹੜੇ ਥੋੜੇ ਬਹੁਤ ਰਹਿ ਗਏ ਨੇ ਉਹ ਨੇ ਜਿਨ੍ਹਾਂ ਦੀ ਜਾਂ ਤਾਂ ਡਿਨਾਈ ਹੋਇਆ ਵੀਜ਼ਾ ਜਿਨ੍ਹਾਂ ਨੂੰ ਤੇ ਜਾਂ ਜਿਨ੍ਹਾਂ ਦੀ ਐਪਲੀਕੇਸ਼ਨ ਅੰਡਰ ਪ੍ਰੋਸੈਸ ਹੈ ਉਹਨਾਂ ਨੇ ਕਿਹਾ ਜੀ 14000 ਰੈਜ਼ੀਡੈਂਟ ਨੇ ਸਾਡੇ ਪਿੰਡ ਦੇ ਔਰ 2000 ਮਾਈਗ੍ਰੈਂਟ ਹੋ ਚੁੱਕੇ ਨੇ ਔਰ ਇਹ ਪਿਛਲੇ 10 ਸਾਲ ਦੇ ਵਿੱਚ ਉਹਨਾਂ ਨੇ ਕਿਹਾ ਵੀ ਜੋ ਵੀ ਜਾ ਸਕਦਾ ਇੱਥੇ ਭਾਵੇਂ ਕਿਲਾ ਦੋ ਕਿਲੇ ਜ਼ਮੀਨ ਵੇਚ ਕੇ ਜਾਣ ਉਹ ਕੈਨੇਡਾ ਆਸਟ੍ਰੇਲੀਆ ਇਟਲੀ ਸਪੇਨ ਇਹਨਾਂ ਸਾਰੀਆਂ ਥਾਵਾਂ ਤੇ ਜਾਂਦੇ ਨੇ ਉਹਨੇ ਫਿਰ ਆਪਣੀ ਪਤਨੀ ਦਾ ਜ਼ਿਕਰ ਕੀਤਾ ਉਹਨੇ ਕਿਹਾ ਜੀ 25 ਸਾਲ ਪਹਿਲਾਂ ਆ ਰਾਊਂਡ 25 ইয়ার্স ਅਗੋ ਦਾ ਵਿਲੇਜ ਹੈਡ ਓਨਲੀ 1 ਫੈਮਿਲੀ ਹੂਜ਼ ਮੈਂਬਰਸ ਲਿਵਡ ਇਨ ਹਾਂਗਕਾਂਗ ਐਂਡ ਪ੍ਰੈਜ਼ੈਂਟਲੀ ਥੇਅਰ ਇਜ਼ ਹਾਰਡਲੀ ਐਨੀ ਫੈਮਿਲੀ ਵਿਚ ਹੈਜ਼ 1 অর ਮੋਰ ਮੈਂਬਰਸ ਲਿਵਿੰਗ ਅਪ ਉਹਨੇ ਕਿਹਾ ਜੀ ਅੱਜ ਇਹ ਹਾਲ ਹੈ ਕਿ ਭਾਈ ਕੋਈ ਵੀ ਐਸਾ ਨਹੀਂ ਹੈ ਜਿਹੜਾ ਜਿਹਦਾ ਕੋ ਬਾਹਰ ਨਾ ਹੋਏ ਔਰ ਮੈਜੋਰਿਟੀ ਆਫ ਮਾਈਗ੍ਰੈਂਟਸ ਫਰਮ ਦਾ ਵਿਲੇਜ ਆਰ ਫਰਸਟ ਜਨਰੇਸ਼ਨ ਉਹਨਾਂ ਦੇ ਪੇਰੈਂਟਸ ਢੀਕਦੇ ਨੇ ਉਹ ਛੜ ਛੜਾ ਕੇ ਗਏ ਨੇ ਔਰ ਉਹਨਾਂ ਨੇ ਕਿਹਾ ਕਿ ਭਈ ਇਹ ਸਾਰਾ ਜਿਹੜਾ ਰੁਝਾਨ ਚੱਲ ਰਿਹਾ ਹੈ ਇਹ ਮੈਨੀਫੋਲਡ ਮਾਈਗ੍ਰੇਸ਼ਨ ਹੈ ਔਰ ਇੱਕ ਫਿਕਰ ਦਾ ਕਾਰਨ ਹੈ ਔਰ ਅੱਜ ਕੀ ਕਿਸੇ ਹੋਰ ਸੋਸ਼ਲ ਮੀਡੀਆ ਦਾ ਸੀ ਵੀ ਇੱਕ ਜ਼ਮਾਨਾ ਸੀ ਕਿ ਜਦੋਂ ਕੋਈ ਬਾਹਰੋਂ ਆਉਂਦਾ ਸੀ ਤੇ ਪਿੰਡ ਚ ਕਹਿੰਦੇ ਸੀ ਜੀ ਇਹਦੇ ਬੜੀ ਰੰਗ-ਬਰੰਗੀ ਜਿਹੀ ਕਮੀਜ਼ ਪਾਈ ਬਲੈਤੋਂ ਆਇਆ ਲੱਗਦਾ ਫਿਰ ਹੁੰਦਾ ਕੈਨੇਡਾ ਤੋਂ ਆਇਆ ਲੱਗਦਾ ਉਹਨਾਂ ਨੇ ਕਿਹਾ ਜੀ ਹੁਣ ਸਾਡੀ ਹਾਲਤ ਉਹ ਹੋ ਰਹੀ ਹੈ ਕਿ ਭਾਈ ਜਿੰਨਾ ਪੰਜਾਬ ਚੋਂ ਜਿਵੇਂ ਜਿਸ ਤੇਜ਼ੀ ਨਾਲ ਕਿਉਂਕਿ ਇਹ ਤਾਂ ਉਹਨਾਂ ਨੇ ਇੱਕ ਪਿੰਡ ਦੀ ਫਿਗਰ ਦੇ ਹਵਾਲੇ ਨਾਲ ਗੱਲ ਕੀਤੀ ਲੇਕਿਨ ਐਵਰੇਜ ਜਿੰਨੇ ਉੱਥੇ ਆਇਲਟ ਸੈਂਟਰ ਨੇ ਔਰ ਜਿਸ ਤੇਜ਼ੀ ਦੇ ਨਾਲ 3 ਤੋਂ 5 ਲੱਖ ਨੌਜਵਾਨ ਬੱਚੇ ਬੱਚੀਆਂ ਹਮ ਪੰਜਾਬ ਚੋਂ ਹਰ ਸਾਲ ਨਿਕਲ ਰਹੇ ਨੇ ਔਰ ਜਿਸ ਤੇਜ਼ੀ ਨਾਲ ਇਹ ਮਾਈਗ੍ਰੇਸ਼ਨ ਹੈ ਮੈਂ ਕਿਹਾ ਵੀ ਇੱਕ ਪਾਸੇ ਹਜ਼ਾਰਾਂ ਮੀਲ ਦੂਰ ਲੱਖ 2 ਲੱਖ ਮਾਈਗਰੇਟਰੀ ਬਰਡਸ 4 ਮਹੀਨੇ ਆ ਕੇ ਹੈ ਤਾਂ ਅਲਟੀਮੇਟਲੀ ਟੂ ਲੁੱਕ ਫਾਰ ਦਾ ਗ੍ਰੀਨ ਪੈਸਚਰ ਕਿਹਾ ਜਾਂਦਾ ਇੱਕ ਜ਼ਮਾਨਾ ਸੀ ਜਦੋਂ ਕਬੀਲਿਆਂ ਦੀ ਵੀ ਮੂਵਮੈਂਟ ਹੁੰਦੀ ਸੀ ਕਿ ਭਈ ਸੋਕਾ ਪੈ ਗਿਆ ਫਸਲ ਨਹੀਂ ਹੈ ਤੇ ਹਰ ਚਰਾੰਦ ਮਿਲੇ ਖੁੱਲੀ ਕਿਉਂਕਿ ਪਹਿਲੀ ਸੁਸਾਇਟੀ ਤੱਕ ਕਬੀਲਿਆਂ ਦੀ ਉਹ ਤੋਰੇ ਫੇਰੇ ਵਾਲੀ ਸੀ ਜਦੋਂ ਤੱਕ ਐਗਰੀਕਲਚਰ ਨਹੀਂ ਸੀ ਆਇਆ ਸੋ ਇੱਕ ਪਾਸੇ ਤੇ ਉਹ ਪੰਜਾਬ ਦੀ ਧਰਤੀ ਉਹਨਾਂ ਹਜ਼ਾਰਾਂ ਪੰਛੀਆਂ ਦੇ ਲਈ ਲੱਖਾਂ ਪੰਛੀਆਂ ਦੇ ਲਈ ਹੈ ਉਹ ਮਾਈਗਰੇਟਰੀ ਬਰਡਸ ਔਰ ਇਧਰ ਔਰ ਮੈਨੂੰ ਇਹ ਦੋਨੋਂ ਸ਼ਾਇਦ ਇਸ ਲਈ ਵੀ ਲੱਗੇ ਜਦੋਂ ਇੱਕ ਤੁਸੀਂ ਬਚਪਨ ਚ ਗੁਜ਼ਰ ਰਹੇ ਹੁੰਦੇ ਹੋ ਸੜਕਾਂ ਤੇ ਕੇ ਔਰ ਰੇਡੀਓ ਦੇ ਉੱਤੇ ਸੌਂਗ ਚੱਲ ਰਹੇ ਹੁੰਦੇ ਸੀ ਬੜਾ ਪਪੂਲਰ ਸੌਂਗ ਉਸ ਜ਼ਮਾਨੇ ਜਿਖ ਸੀ ਕਿ ਚੱਲ ਉੜ ਜਾ ਰਹੇ ਪੰਛੀ ਹਮ ਅਬ ਇਹ ਦੇਸ਼ ਹੁਆ ਬੇਗਾਨਾ ਮੈਂ ਕਹਿਆ ਵੀ ਉਹ ਬਗਾਨੇ ਦੇਸ਼ ਵਾਲੇ ਤਾਂ ਪੰਛੀ ਉੱਡ ਕੇ ਜਿਸ ਚ ਆ ਰਹੇ ਨੇ ਤੇ ਉੱਥੇ ਲੱਖ ਆ ਰਿਹਾ ਇਥੋਂ 5 ਲੱਖ ਉੱਡ ਰਹੇ ਨੇ ਉਸ ਤਰਹੀ ਦੇ ਨੌਜਵਾਨ ਔਰ ਇਹ ਗੁਲਾਮੀ ਹੈ ਔਰ ਇਹ ਮੈਂ ਇਸ ਲਈ ਵੀ ਰਿਪੀਟ ਕਰਨਾ ਚਾਹੁੰਦਾ ਕਿ ਜਦੋਂ ਸਿੱਖ एंपਾਇਰ ਸੀ ਮਾਰਜਰ ਰঞ্জੀਤ ਸਿੰਘ ਦੇ ਪੀਰੀਅਡ ਦੇ ਅਸੀਂ ਗੱਲ ਕਰਦੇ ਹਾਂ ਉਦੋਂ ਤੁਹਾਨੂੰ ਕੋਈ ਨਜ਼ਰ ਇਹ ਨਹੀਂ ਹੈ ਵੀ ਉਦੋਂ ਲੋਕ ਮਾਈਗ੍ਰੇਟ ਨਹੀਂ ਸੀ ਕਰਦੇ ਜਾਂ ਜਾਂਦੇ ਜੇ 50 ਤੋਂ ਜ਼ਿਆਦਾ ਇਟਾਲੀਅਨ ਰਸ਼ੀਅਨ ਅਮਰੀਕਨ ਦੂਜੇ ਮਾਰਜਰ ਰঞ্জੀਤ ਸਿੰਘ ਦੀ ਜਿਹੜੀ ਐਮਪਲੋਇਮੈਂਟ ਦੇ ਵਿੱਚ ਸਨ ਕਿਉਂਕਿ ਉਹਨਾਂ ਉਹ ਵੀ ਗ੍ਰੀਨ ਪੈਸਟਰ ਲਈ ਆਇਆ ਉਹਨਾਂ ਨੂੰ ਸੀ ਵੀ ਇੱਥੇ ਤਨਖਾਹਾਂ ਵੀ ਨਹੀਂ ਚੰਗੀ ਜ਼ਿੰਦਗੀ ਵੀ ਹੈ ਤਰੱਕੀ ਦੇ ਚਾਂਸ ਵੀ ਨੇ ਸੋ ਜਦੋਂ ਤੁਹਾਡੇ ਕੋਲ ਰਾਜ ਭਾਗ ਸੀ ਤੇ ਉਦੋਂ ਬਗਾਨੇ ਆ ਕੇ ਤੁਹਾਡੇ ਕੋਲ ਨੌکریاں ਕਰਦੇ ਸੀ ਤੇ ਅੱਜ ਹਾਲਾਤ ਇਹ ਨੇ ਕਿ ਭਾਈ ਇਸ ਕਿਸਮ ਦਾ ਡਰ ਇੱਕ ਪਾਸੇ ਉਹਨਾਂ ਨੇ ਇੱਕ ਜਨਰੇਸ਼ਨ ਮਾਰ ਮੁਕਾਈ ਇੱਕ ਡਰੱਗਜ਼ ਦੇ حوالے ਕੀਤੀ ਤੇ ਨੈਕਸਟ ਦੇ ਵਿੱਚ ਇਨਾ ਖੌਫ ਪੈਦਾ ਕੀਤਾ ਇਕਨੋਮਿਕਲ ਅਨਸਟੇਬਿਲਟੀ ਹੈ ਔਰ ਇਸ ਕਿਸਮ ਦਾ ਕਿ ਉਹ ਚਾਹੁੰਦੇ ਹੀ ਨੇ ਕਿ ਤੁਸੀਂ ਪਰਵਾਸੀ ਬਣੋ ਪਰ ਇਸ ਦੇ ਉੱਤੇ ਸਾਨੂੰ ਸੋਚਣਾ ਹੋਏਗਾ ਭਾਈ ਅਮਰਤਪਾਲ ਸਿੰਘ ਜਿਹਨੂੰ ਪਿਛਲੇ ਲਗਭਗ 10 ਮਹੀਨੇ ਤੋਂ ਜ਼ਿਆਦਾ ਸਮਾਂ ਹੁਣ ਹੋ ਗਿਆ 9-10 ਮਹੀਨੇ ਡੱਕਿਆ ਹੋਇਆ ਇੱਕ ਪਾਰਟ ਜਿਹੜਾ ਉਹਨਾਂ ਦਾ ਰਿਵਰਸ ਮਾਈਗ੍ਰੇਸ਼ਨ ਸੀ ਕਿ ਭਾਈ ਜਿਹੜੇ ਗਏ ਨੇ ਵਾਪਸ ਆਉ ਉਹ ਸੀ ਸਮਝਦੇ ਕਿ ਇੱਕ ਬੜੀ ਸੀਰੀਅਸ ਜਿਹੜੀ ਹੈ ਪ੍ਰਪੋਜ਼ਲ ਸੀ ਔਰ ਹਕੂਮਤ ਜਿਹੜੀ ਹੈ ਉਹਨਾਂ ਨੂੰ ਇਹ ਲੱਗ ਰਿਹਾ ਸੀ ਕਿ ਇੱਕ ਪਾਸੇ ਡਰਗ ਡੀ ਐਡਿਕਸ਼ਨ ਹੋ ਰਹੀ ਹੈ ਅਮਰਤ ਆਰਿ ਸਿੰਘ ਸਾਝਰੇ ਨੇ ਹੱਕਾਂ ਦੀ ਗੱਲ ਹੋ ਰਹੀ ਹੈ ਉੱਥੇ ਜਿਹੜੀ ਉਹਨਾਂ ਦੀ ਨੀਤੀ ਹੈ ਕਿ ਭਾਈ ਉਹ ਹਾਲਾਤ ਪੈਦਾ ਕਰੋ ਕਿ ਇਹਨਾਂ ਦੀ ਡੈਮੋਗ੍ਰਾਫੀ ਬਦਲੋ ਇਹ ਬਾਹਰ ਜਾਣ ਔਰ ਅੱਜ ਜਿਹੜੇ ਨੇ ਉਹ ਬਈਏ ਪੰਜਾਬ ਚ ਲਿਆ ਆ ਕੇ ਬਿਠਾਏ ਹੋਏ ਨੇ ਸੋ ਇਹ ਦੋਨੋਂ ਹੀ ਕਹਾਣੀਆਂ ਸਾਨੂੰ ਕਿਸੇ ਗੱਲ ਦੀ ਤਾਂ ਦੱਸ ਪਾਉਂਦੀਆਂ ਨੇ ਕਿ ਬੇਕਰਿਆਂ ਦੀ ਦਾਸਤਾਨ ਕੀ ਹੁੰਦੀ ਹੈ ਬਿਲਕੁਲ ਜੀ ਰਾਸਾ ਤੁਹਾਡਾ ਬਹੁਤ ਬਹੁਤ ਧੰਨਵਾਦ ਸੱਥ ਲੈਣੇ ਬ੍ਰੇਕ ਈਵਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਫਟਰ ਦੇ ਸ਼ਾਪ ਤੇ